ਮੁਕਾਬਲਾ ਇਸ ਵਾਰ ਕਾਫੀ ਕਹਿੰਦੇ ਫਸਵਾਂ ਵਾ, ਜਿਹੜਾ ਸ਼ਾਹੀ ਸ਼ਹਿਰ ਪਟਿਆਲਾ ਵਾ, ਇਸ ਵਾਰ ਉੱਥੋਂ ਦੇ ਲੋਕ ਕਨਫਿਊਜ਼ ਨੇ ਕਿ ਮਹਾਰਾਣੀ ਸਾਹਿਬ ਨੂੰ ਦੁਆਰਾ ਜਿਤਾਈਏ ਜਾਂ ਡਾਕਟਰ ਗਾਂਧੀ ਨੂੰ ਜਿਤਾਈਏ ਜਾਂ ਫਿਰ ਡਾਕਟਰ ਬਲਬੀਰ ਨੂੰ ਜਿਤਾਈਏ, ਕਾਫੀ ਫਸਵਾਂ ਮੁਕਾਬਲਾ ਨਜ਼ਰ ਆ ਰਿਹਾ। ਦੇਖੋ ਜੀ, ਮੁਕਾਬਲੇ ਤਾਂ ਸਾਰੀ ਫਸਵੇਂ ਹੁੰਦੇ ਆ, ਲੇਕਿਨ ਜੋ ਪਿਆਰ ਸਾਡਾ ਜੋ ਸਾਂਝ ਪਟਿਆਲੇ ਦੇ ਵਸਨੀਕਾਂ ਨਾਲ ਹੈਗੀ ਹੈ, ਉਹੀ ਤੈਅ ਕਰੇਗਾ ਕਿ ਅੱਗੇ ਕੀ ਹੁੰਦਾ। ਮੈਂ ਪੂਰਨ ਤੌਰ ਤੇ ਆਸ ਰੱਖਦਾ ਕਿ ਪਟਿਆਲੇ ਦੇ ਵਸਨੀਕਾਂ ਨੇ ਆਪਣਾ ਮਨ ਬਣਾ ਲਿਆ ਔਰ ਜਿਹੜੇ ਵੀ ਪ੍ਰਤਿਆਸ਼ੀ ਹੋਣ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕ। ਤੁਹਾਨੂੰ ਮੁਕਾਬਲਾ ਕਿਸ ਦੇ ਨਾਲ, ਡਾਕਟਰ ਗਾਂਧੀ ਨਾਲ, ਡਾਕਟਰ ਬਲਬੀਰ ਨਾਲ ਨਜ਼ਰ ਆਉਂਦਾ? ਮੈਨੂੰ ਮੁਕਾਬਲਾ ਕਿਸੇ ਨਾਲ ਹੀ ਨਹੀਂ ਦਿੱਤਾ। ਮੁਕਾਬਲਾ ਅਗਰ ਤੁਸੀਂ ਸਮਝੋ ਉਹ ਹੈਗਾ 2 ਔਰ 3 ਨੰਬਰ ਦਾ, ਉਹ ਡਾਕਟਰ ਸਾਹਿਬ ਦੋਨੋਂ ਇੱਕ ਦੂਸਰੇ ਨਾਲ ਲੜ ਰਹੇ ਨੇ ਤੇ ਡਾਕਟਰਾਂ ਦੀ ਲੜਾਈ ਚ ਕਿਹੜਾ ਡਾਕਟਰ ਅੱਗੇ ਆਊਗਾ ਉਹ ਜਾਣਨ ਮੈਨੂੰ ਨਹੀਂ ਪਤਾ। ਦੂਸਰੇ ਵੀ ਕਿ ਪ੍ਰਧਾਨ ਮੰਤਰੀ ਆ ਰਹੇ ਨੇ, ਕਿੰਨਾ ਫਰਕ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਬਾਅਦ ਜਿਹੜਾ ਤੁਹਾਨੂੰ ਨਜ਼ਰ ਆਉਂਦਾ? ਬਹੁਤ ਜ਼ਿਆਦਾ। ਪ੍ਰਧਾਨ ਮੰਤਰੀ ਦੀ ਦੇਖੋ ਆਪਣੀ ਛਵੀ ਹੈਗੀ ਹੈ ਤੇ ਤੁਸੀਂ ਜਿਹੜੀਆਂ ਸੈਂਟਰਲ ਸਕੀਮਸ ਜਿਹੜੀਆਂ ਆਪਣੇ ਵੀਕਰ ਸੈਕਸ਼ਨ ਲਿਆਈਆਂ ਨੇ ਪੰਜਾਬ ਚ, ਉਹਦਾ ਰੰਗ ਤੁਸੀਂ ਦੇਖੋਗੇ ਤੇ ਮੈਂ ਸਮਝਦਾ ਕਿ ਆਣ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਦੇ ਬਾਅਦ ਪੂਰੇ ਇੱਕ ਹੋਰ ਨਵੀਂ ਲਹਿਰ ਚੱਲੂ। ਕਿਸਾਨ ਜਦੋਂ ਦੱਬ ਕੇ ਵਿਰੋਧ ਕਰ ਰਹੇ ਨੇ, ਕਈ ਥਾਵਾਂ ਤੇ ਘਿਰਾਵ ਵੀ ਹੁੰਦਾ, ਸਵਾਲ ਪੁੱਛੇ ਜਾਂਦੇ ਨੇ, ਅੱਜ ਵੀ ਕਈ ਥਾਵਾਂ ਤੇ ਕਿਸਾਨ ਜਥੇਬੰਦੀਆਂ ਦੇ ਲੀਡਰ ਖੜੇ ਨੇ, ਉਹ ਕਹਿ ਰਹੇ ਕਿ ਸਾਨੂੰ ਪ੍ਰਧਾਨ ਮੰਤਰੀਆਂ ਨੂੰ ਮਿਲਾਓ, ਸਾਨੂੰ ਅਸੀਂ ਉਹਨਾਂ ਤੋਂ ਸਵਾਲ ਜਵਾਬ ਕਰਨੇ ਨੇ। ਦੇਖੋ ਇਹ ਤਾਂ ਜਿਹੜੇ ਸਾਡੇ ਹਾਈਕਮਾਂਡ ਹੈ ਪ੍ਰਾਈਮ ਮਿਨਿਸਟਰ ਸਾਹਿਬ, ਉਹ ਆਪ ਤੈਅ ਕਰਨਗੇ ਕਿਸ ਤਰ੍ਹਾਂ ਡਾਇਲੋਗ ਦੇ ਵਿੱਚ ਇੰਗੇਜ ਕਰਨਾ ਹੈ। ਐਸੀ ਬਾਤ ਤਾਂ ਹੈ ਨਹੀਂ ਕਿ ਡਾਇਲੋਗ ਚੱਲਿਆ ਨਹੀਂ, ਸਾਰੇ ਜਾਣਦੇ ਨੇ ਕਿ ਕਾਫੀ ਅਰਸੇ ਤੱਕ ਗੱਲਬਾਤ ਚੱਲਦੀ ਰਹੀ ਹੈ, ਸਿਖਰ ਨਹੀਂ ਚੜ੍ਹੀ ਉਹਦੀ ਕੋਈ ਵਜ੍ਹਾ ਹੋ ਸਕਦੀ ਹੈ, ਲੇਕਿਨ ਲਾਣਾ ਤਾਂ ਸਾਡਾ ਹੀ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਕਿਸਾਨਾਂ ਦੀ ਵਜ੍ਹਾ ਕਰਕੇ ਨੁਕਸਾਨ ਹੋ ਸਕਦਾ, ਕਿਉਂਕਿ ਪਟਿਆਲਾ 'ਚ ਕਈ ਏਰੀਏ ਪੇਂਡੂ ਏਰੀਏ ਨੇ ਜਿੱਥੇ ਜੱਟ ਜ਼ਿਮੀਦਾਰ ਦੀ ਵੋਟ ਬਹੁਤ ਜ਼ਿਆਦਾ ਵਾ, ਉਹ ਤੁਹਾਨੂੰ ਲੱਗਦਾ ਅਸਰ ਪਏਗਾ? ਅਸਰ ਮੈਂ ਨਹੀਂ ਸਮਝਦਾ ਕੋਈ ਪਏਗਾ, ਕਿਉਂਕਿ ਜਿਹੜੀ ਸਾਂਝ ਦੀ ਗੱਲ ਹੁੰਦੀ ਹੈ ਨਾ ਜੀ, ਉਹ ਸਿਆਸਤ ਉੱਠ ਕੇ ਹੁੰਦੀ ਹੈ। ਸਾਡੇ ਪਰਿਵਾਰ ਦੀ ਸਾਂਝ ਸਾਰੇ ਪਿੰਡਾਂ ਦੇ ਵਿੱਚ, ਪਿੰਡਾਂ ਦੇ ਵਸਨੀਕਾਂ, ਨਗਰਾਂ ਦੇ ਵਸਨੀਕਾਂ ਨਾਲ ਸਿੱਧੀ ਹੈਗੀ ਹੈ, ਪੁਰਾਣੀ ਹੈ, ਔਰ ਉਸ ਦੇ ਕਾਰਨ ਮੈਂ ਸਮਝਦਾ ਕਿ ਜਿਹੜੀ ਨੈਗੇਟਿਵਿਟੀ ਜਨਰੇਟ ਕਰਨਾ ਚਾਹੁੰਦੇ ਨੇ ਇੱਕ ਨੈਰੇਟਿਵ ਬਣਾ ਕੇ, ਉਹ ਕਾਮਯਾਬ ਨਹੀਂ ਹੋਈ। ਆਮ ਆਦਮੀ ਪਾਰਟੀ ਜ਼ਿਕਰ ਕਰ ਰਹੀ ਹੈ ਅਸੀਂ 13 ਸੀਟਾਂ ਜਿੱਤਾਂਗੇ, ਕਰਨਾ ਚਾਹੀਦਾ ਜ਼ਿਕਰ ਉਹਨਾਂ ਨੂੰ, ਉਹ ਐਂਟਰਟੇਨਰ ਨੇ, ਐਂਟਰਟੇਨਮੈਂਟ ਦੇ ਰਹੇ ਹਾਂ ਤੁਹਾਨੂੰ। ਕਾਂਗਰਸ ਇਹ ਕਹਿ ਰਹੀ ਕਹਿੰਦੇ ਕਿ ਸਾਰੀ ਉਮਰ ਕੈਪਟਨ ਪਰਿਵਾਰ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ, ਕੇਂਦਰ ਦੀ ਵਜ਼ਾਰਤ 'ਚ ਲਿਆਂਦਾ, ਐਂਡ ਤੇ ਗੱਦਾਰੀ ਕਰ ਗਏ, ਨਹੀਂ ਕਰਨਾ ਚਾਹੀਦਾ ਸੀ ਇਹ ਚੀਜ਼ ਜਿਹੜੀ ਕੀਤੀ ਹੈ, ਉਹ ਕਾਂਗਰਸ ਦੇ ਵੱਲੋਂ ਲਗਾਤਾਰ ਇਲਜ਼ਾਮ ਲੱਗ ਰਿਹਾ। ਮੇਰੀ ਕੋਈ ਟਿੱਪਣੀ ਨਹੀਂ, ਕੋਈ ਟਿੱਪਣੀ ਨਹੀਂ ਹੈ, ਕਿਹਨੇ ਗੱਦਾਰੀ ਕਿਹਦੇ ਨਾਲ ਕੀਤੀ ਉਹ ਤਾਂ ਉਹ ਜਾਣਨ, ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦਾ। ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਇਸ ਵੇਲੇ ਡਾਊਨ ਚੱਲ ਰਹੀ ਹੈ, ਅੱਜ ਨਹੀਂ ਪਹੁੰਚ ਪਾਉਣਗੇ, ਉਹ ਕਿਵੇਂ ਸਿਹਤ ਹੈ ਉਹਨਾਂ ਦੀ, ਕਦੋਂ ਤੱਕ ਠੀਕ ਹੋ ਜਾਣਗੇ, ਕੀ ਹੋਇਆ ਉਹਨਾਂ ਨੂੰ, ਕਿਉਂਕਿ ਇਸ ਪੂਰੇ ਇਲੈਕਸ਼ਨ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ? ਗੈਸਟਰਾਇਟਿਸ ਦਾ ਦੌਰ ਚੱਲ ਰਿਹਾ ਉਹਨਾਂ ਦਾ ਤੇ ਬਲੱਡ ਪ੍ਰੈਸ਼ਰ ਥੋੜਾ ਬਹੁਤਾ ਇਰੈਗੂਲਰ ਹੈਗਾ, ਲੇਕਿਨ ਪਰਸੋਂ ਤੱਕ ਮੇਰੇ ਖਿਆਲ ਆ ਸਕੇ ਆਣਗੇ, ਨਹੀਂ ਤਾਂ ਅਸੀਂ ਸਾਰੇ ਹੈਗੇ ਹਾਂ। ਇੱਕ ਚੀਜ਼ ਹੋਰ ਹੈ, ਸਿਆਸੀ ਤੌਰ ਤੇ ਤੁਸੀਂ ਪ੍ਰੋਪਰ ਐਕਟਿਵ ਨਹੀਂ ਜਿਸ ਤਰੀਕੇ ਨਾਲ ਐਕਟਿਵ ਕੈਪਟਨ ਅਮਰਿੰਦਰ ਸਿੰਘ ਦਾ ਸਟਾਈਲ ਹੈ, ਜਿਹੜੀ ਉਹਨਾਂ ਦੀ ਵਿਰਾਸਤ ਹੈ, ਤੁਸੀਂ ਉਸ ਤਰੀਕੇ ਨਾਲ ਐਕਟਿਵ ਨਜ਼ਰ ਨਹੀਂ ਆਉਂਦੇ, ਤੁਹਾਡਾ ਸਿਆਸਤ 'ਚ ਇੰਟਰਸਟ ਘੱਟ ਹੈ ਜਾਂ ਤੁਹਾਨੂੰ ਸਿਆਸਤ ਬਾਰੇ ਤੁਹਾਡੀ ਟਿੱਪਣੀ ਕੀ ਹੈ? ਸਿਆਸਤ ਬਹੁਤ ਅੱਛੀ ਬਾਤ ਹੈ, ਬਹੁਤ ਜ਼ਰੂਰੀ ਚੀਜ਼ ਹੈ ਹਿੰਦੁਸਤਾਨ ਦੇ ਭਵਿੱਖ ਨੂੰ ਮੋਲਡ ਕਰਨ ਵਾਸਤੇ, ਹਰ ਹਿੰਦੁਸਤਾਨ ਦੇ ਨਾਗਰਿਕ ਨੂੰ ਸਿਆਸਤ ਦੇ ਵਿੱਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਮੇਰੀ ਵੀ ਪੂਰੀ ਦਿਲਚਸਪੀ ਹੈ, ਲੇਕਿਨ ਮੇਰੇ ਘਰ ਦਾ ਰਿਵਾਜ ਹੈ ਕਿ ਜਦ ਤੱਕ ਮੇਰੇ ਪਿਤਾ ਜੀ ਹੈਗੇ ਉਹੀ ਲੀਡ ਕਰੇਗੇ। ਲੇਕਿਨ ਜਿਵੇਂ ਜਯਾ ਇੰਦਰ ਕਾਫੀ ਐਕਟਿਵ ਨੇ, ਉਹ ਲਗਾਤਾਰ ਕੈਂਪੇਨਿੰਗ, ਉਹਨਾਂ ਦਾ ਸਟਾਈਲ ਕਹਿੰਦੇ ਕਿ ਪਟਿਆਲੇ 'ਚ ਸਭ ਤੋਂ ਜ਼ਿਆਦਾ ਜੇ
ਲੋਕ ਪਸੰਦ ਕਰਦੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਨਾਲੋਂ, ਪਰਨੀਤ ਕੌਰ ਨਾਲੋਂ, ਜੈਇੰਦਰ ਨੂੰ ਕਰਦੇ ਨੇ। ਤੁਹਾਡੀ ਉਸ ਤਰੀਕੇ ਦੀ ਲੈਗੇਸੀ ਘੱਟ ਨਜ਼ਰ ਆਉਂਦੀ ਹੈ, ਤੁਸੀਂ ਇੰਟਰਸਟ ਘੱਟ ਲੈਂਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਸਿਸਟਰ ਅੱਗੇ ਹੈ, ਉਹਨਾਂ ਨੂੰ ਅੱਗੇ ਰਹਿਣਾ ਚਾਹੀਦਾ? ਦੇਖੋ, ਮਹਿਲਾ ਦਾ ਰੋਲ ਮਹਿਲਾ ਹੀ ਅਪਣਾ ਸਕਦੀ ਹੈ, ਮੈਂ ਤਾਂ ਮਹਿਲਾ ਹੈ ਨਹੀਂ। ਮੇਰਾ ਰੋਲ ਰਿਹਾ ਮਾਲਵੇ 'ਚ, ਇੱਧਰ ਘੱਟ ਰਿਹਾ, ਔਰ ਮੈਂ ਜੈਸੇ ਕਿਹਾ ਜਦ ਤੱਕ ਮੇਰੇ ਪਿਤਾ ਜੀ ਹੈਗੇ ਮੈਂ ਉਹਨਾਂ ਦੇ ਥੱਲੇ ਰਹੂੰ। ਕਈ ਵਾਰ ਅਜਿਹਾ ਵੀ ਹੁੰਦਾ ਨਾ, ਕੁਛ ਲੋਕ ਕੈਮਰੇ ਦੇ ਅੱਗੇ, ਲੋਕਾਂ ਦੇ ਅੱਗੇ, ਕੁਛ ਲੋਕ ਬੈਕਅਪ ਤੇ ਪਿੱਛੇ ਸਟ੍ਰੈਟਜੀ ਬਣਾਉਂਦੇ ਆ, ਤੁਹਾਡਾ ਰੋਲ ਉਸ ਤਰੀਕੇ ਦਾ ਤਾਂ ਨਹੀਂ ਹੁੰਦਾ ਕਿ ਬੈਕਅਪ ਤੇ ਉਸ ਤਰੀਕੇ ਦਾ ਸਟਾਈਲ, ਉਸ ਤਰੀਕੇ ਦੀ ਚੀਜ਼? ਮੇਰਾ ਜੋ ਰੋਲ ਹੈਗਾ ਮੇਰੇ ਪਿਤਾ ਔਰ ਮੇਰੇ ਦਰਮਿਆਨ ਹੈ, ਔਰ ਮੇਰੇ ਖਿਆਲ ਇੰਨਾ ਤਾਂ ਆਪਣਾ ਭੰਪੂ ਜਾਣ ਵਾਸਤੇ ਮੈਂ ਖੜਾ ਨਹੀਂ ਤੁਹਾਡੇ ਸਾਹਮਣੇ, ਮੈਂ ਆਪਣੀ ਡਿਊਟੀ ਨਿਭਾਉਣਾ ਇਹ ਪੁੱਤਰ ਦੇ ਰੂਪ 'ਚ, ਹੁਣ ਮੈਂ ਆਪਣੀ ਮਾਤਾ ਲਈ ਕਰ ਰਿਹਾ, ਪਿਤਾ ਲਈ ਵੀ ਕਰਦਾ, ਜਦ ਮੇਰਾ ਸਮੇਂ ਆਏਗਾ ਲੋਕਾਂ ਦੇ ਦਰਮਿਆਨ ਜਾਵਾਂਗੇ। ਲਾਸਟ ਸਵਾਲ, ਬੀਜੇਪੀ ਦੀਆਂ ਕਿੰਨੀਆਂ ਸੀਟਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ, ਕਿਉਂਕਿ ਓਪੋਜੀਸ਼ਨ ਪਾਰਟੀਆਂ ਕਹਿੰਦੀਆਂ ਕਿ ਪੰਜਾਬ ਵਿਰੋਧੀ ਹੈ, ਕਿਸਾਨ ਵਿਰੋਧੀ ਹੈ, ਦਲਿਤ ਵਿਰੋਧੀ ਹੈ, ਪੰਜਾਬ 'ਚ ਇਹਨਾਂ ਦੇ ਪੈਰ ਨਹੀਂ ਲੱਗਣੇ, ਸੀਟ ਨਹੀਂ ਆਉਣੀ? ਚਲੋ, ਸੀਟ ਆਏ ਨਾ ਆਏ ਉਹ ਤਾਂ 1 ਤਰੀਕ ਨੂੰ ਤੈਅ ਹੋਊਗਾ, ਕੌਣ ਪੰਜਾਬ ਦੇ ਕਿਹੜੇ ਵਸਨੀਕ ਨੇ ਕਿੱਥੇ ਵੋਟ ਪਾਉਣੀ ਹੈ, ਉਹਦਾ ਰਿਜ਼ਲਟ 4 ਤਰੀਕ ਨੂੰ ਆਜੂਗਾ। ਜੋਤਿਸ਼ ਵਿੱਦਿਆ ਵਾਲਾ ਤਾਂ ਮੇਰੇ ਪਾਸ ਕੋਈ ਬਲ ਹੈ ਨਹੀਂ ਜੀ, ਲੇਕਿਨ ਮੈਂ ਸਮਝਦਾ ਕਿ ਬਹੁਤ ਅਜੂਬੇ ਬਹੁਤ ਅੱਛੇ ਰਿਜ਼ਲਟ ਆਏਗੇ ਬੀਜੇਪੀ ਦੇ, ਤੁਸੀਂ ਦੇਖੇ ਜਾਓ। ਇਹ ਤਾਂ ਹੁਣ ਕਹਿਣ ਨੂੰ ਤਾਂ ਕੁਛ ਕਹਿਣਗੇ ਹੀ ਨਾ ਜੀ, ਇਹ ਅਗਰ ਇਹ ਕਾਂਗਰਸ ਪਾਰਟੀ ਇਤਨੀ ਲਾਮਬੰਦਾ ਸੀਟਾਂ ਤੇ ਪੂਰੇ ਹਿੰਦੁਸਤਾਨ 'ਚ ਤਾਂ ਉਹਨਾਂ ਦਾ ਵਿਚਾਰਿਆਂ ਦਾ ਤੁਸੀਂ ਜਾਣਦੇ ਹੀ ਹੋ ਹਾਲ, ਉਰੇ ਵੀ ਇਹੀ ਹੋਊ। ਔਰ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਉਹ ਤਾਂ ਲੋਕਾਂ ਨੂੰ ਪੁੱਛ ਲਓ ਜੀ, ਮੈਂ ਕਿਆ ਜਵਾਬ ਦੂੰਗਾ ਉਹਦਾ।